ਸ਼ਕਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਸ਼ੇਡਸ ਬਾਈ ਦਿਲਜੋਤ ਬੁਟੀਕ ਯੂਟਿਊਬ ਚੈਨਲ। ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ ਯੂਟਿਊਬ ਚੈਨਲ 'ਤੇ। ਅਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਂ ਲੈ ਕੇ ਆਈ ਹਾਂ ਕੁਛ ਨਵੀਂ ਕਲੈਕਸ਼ਨ। ਬਟ ਇਹ ਮੈਂ ਡਿਸਪੈਚ ਕਰਨ ਨਹੀਂ ਜਾ ਰਹੀ ਸੀ, ਮੈਂ ਆਪਣੇ ਨਵੇਂ ਸੈਂਪਲ ਰੈਡੀ ਕੀਤੇ ਨੇ ਜਿਹੜੇ ਕਿ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨ ਆਈ ਹਾਂ। ਔਰ ਬਹੁਤ ਬਹੁਤ ਸੋਹਣੇ ਰੰਗ ਅਤੇ ਬਹੁਤ ਸੋਹਣੇ ਮੈਂ ਉੱਪਰ ਜੋ ਵੀ ਐਮਬਰੋਇਡਰੀ ਕੀਤੀ ਆ ਜਾਂ ਪੇਂਟ ਕੀਤਾ ਸਾਰਾ ਮੈਂ ਤੁਹਾਨੂੰ ਦਿਖਾਊਂਗੀ, ਪਰ ਮੇਰਾ ਵਲੌਗ ਸਕਿੱਪ ਨਹੀਂ ਕਰਨਾ ਗਾ, ਅੱਗੇ ਤੱਕ ਜ਼ਰੂਰ ਦੇਖਣਾ। ਅਤੇ ਸਭ ਤੋਂ ਪਹਿਲਾਂ ਮੈਂ ਲੈ ਕੇ ਆਈ ਆਪਣਾ ਪਹਿਲਾ ਸੂਟ, ਟੈਂਟਣਾ ਹੈ, ਬਹੁਤ ਸੋਹਣਾ ਕਲਰ ਹੈ, ਬਹੁਤ ਪਿਆਰਾ ਕਲਰ ਹੈ। ਔਰ ਇਹ ਕਰੇਪ ਦੇ ਫੈਬਰਿਕ 'ਤੇ ਅਸੀਂ ਤਿਆਰ ਕੀਤਾ ਔਰ ਇਹਦੇ 'ਤੇ ਪਿੱਟਾ ਵਰਕ ਕੀਤਾ ਗਿਆ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਂ ਦੱਸਣਾ ਚਾਹਾਂਗੀ ਕਿ ਤੁਸੀਂ ਕਿਸੇ ਵੀ ਕਲਰ ਔਰ ਕਿਸੇ ਵੀ ਫੈਬਰਿਕ 'ਤੇ ਰੈਡੀ ਕਰਵਾ ਸਕਦੇ ਹੋ ਸੂਟ। ਔਰ ਸੂਟ ਬਹੁਤ ਪਿਆਰਾ ਤਿਆਰ ਹੋਇਆ ਔਰ ਜਿਹੜਾ ਇਹਦਾ ਦੁਪੱਟਾ ਹੈ ਉਹ ਮੈਂ ਖੁਦ ਵੇਅਰ ਕੀਤਾ ਹੋਇਆ ਸੀ, ਇਹ ਵਿਸਕੋਸ ਔਰਗੈਂਜ਼ਾ 'ਤੇ ਰੈਡੀ ਕੀਤਾ ਔਰ ਇਹਦੇ 'ਤੇ ਕੱਟ ਵਰਕ ਕੀਤਾ ਗਿਆ ਪਲੱਸ ਬੂਟੀ ਪਾਈ ਗਈ ਪੂਰੇ ਦੁਪੱਟੇ ਦੇ ਵਿੱਚ। ਅਤੇ ਇੱਕ ਵਾਰ ਮੈਂ ਤੁਹਾਨੂੰ ਡੰਮੀ 'ਤੇ ਦੁਪੱਟਾ ਵੀ ਕੈਰੀ ਕਰਕੇ ਦਿਖਾ ਦਿੰਦੀ ਹਾਂ ਤਾਂ ਕਿ ਤੁਹਾਨੂੰ ਸਮਝ ਆ ਜਾਏ ਕਿ ਪ੍ਰੋਪਰ ਲੁੱਕ ਕਿੱਦਾਂ ਦੀ ਆਉਂਦੀ ਆ। ਇਹ ਸੀਗਾ ਮੇਰੇ ਵਲੌਗ ਦਾ ਪਹਿਲਾ ਸੂਟ ਔਰ ਬਹੁਤ ਸੋਹਣਾ ਕਲਰ ਹੈ ਅਤੇ ਹੋਰ ਵੀ ਮੈਂ ਸੋਹਣੇ ਸੋਹਣੇ ਕਲਰ ਲੈ ਕੇ ਆਈ ਹਾਂ, ਯੂਨੀਕ ਜਿਹੇ ਕਲਰ ਲੈ ਕੇ ਆਈ ਹਾਂ, ਲਾਈਕ ਬ੍ਰਾਈਟ ਜਿਹੇ, ਸੋਹਣੇ ਜਿਹੇ, ਹੈ ਨਾ। ਲਾਈਕ ਜਿੱਦਾਂ ਹੁਣ ਠੰਡਾ ਠੰਡਾ ਮੌਸਮ ਆ ਰਿਹਾ ਔਰ ਪਾਰਟੀਜ਼ ਆ ਰਹੀਆਂ, ਮੈਰਿਜਿਜ਼ ਆ ਰਹੀਆਂ ਔਰ ਲਾਈਕ ਕੋਈ ਵੀ ਫੰਕਸ਼ਨ ਆ ਰਿਹਾ, ਉਸ ਤਰੀਕੇ ਲਈ ਮੈਂ ਸੋਹਣੇ ਸੋਹਣੇ ਕਲਰ ਲੈ ਕੇ ਆਈ ਹਾਂ ਅਤੇ ਸੋਹਣਾ ਸੋਹਣਾ ਬੱਚੋਂ ਵੀ ਕੰਮ ਕੀਤਾ ਮੈਂ ਲੈ ਕੇ ਆਈ ਹਾਂ। ਅਤੇ ਇਹ ਸੀਗਾ ਮੇਰਾ ਪਹਿਲਾ ਸੂਟ ਅਤੇ ਹੁਣ ਮੈਂ ਲੈ ਕੇ ਆ ਰਹੀ ਹਾਂ ਆਪਣਾ ਸੈਕਿੰਡ ਸੂਟ। ਹੁਣ ਮੈਂ ਲੈ ਕੇ ਆਈ ਹਾਂ ਸੈਕਿੰਡ ਸੂਟ ਜਿਹੜਾ ਕਿ ਮੈਂ ਜੋਰਜਟ ਫੈਬਰਿਕ 'ਤੇ ਰੈਡੀ ਕੀਤਾ ਔਰ ਬਲੈਕ ਕਲਰ 'ਚ ਰੈਡੀ ਕੀਤਾ ਔਰ ਬਹੁਤ ਸੋਹਣਾ ਤਿਆਰ ਕੀਤਾ। ਲਾਈਕ ਇੱਦਾਂ ਅਸੀਂ ਲੀਫ ਬਣਾਏ ਨੇ ਔਰ ਘੇਰੇ 'ਤੇ ਵੀ ਲੀਫ ਆ, ਇੱਦਾਂ ਹੀ ਅਸੀਂ ਉਹਨਾਂ ਦੀਆਂ ਬਾਹਾਂ 'ਤੇ ਵੀ ਬਣਾਏ ਨੇ, ਲਾਈਕ ਉਹਨਾਂ ਦੀਆਂ ਬਾਹਾਂ 'ਤੇ ਨਹੀਂ, ਇਹ ਜਸਟ ਮੇਰੇ ਹਜੇ ਸੈਂਪਲ ਆ। ਅਤੇ ਮਤਲਬ ਕਿ ਇਹ ਸੂਟ ਦੀਆਂ ਬਾਹਾਂ 'ਤੇ ਵੀ ਬਣਾਏ ਗਏ ਨੇ ਔਰ ਪੂਰੇ ਦੁਪੱਟੇ 'ਤੇ ਇੱਦਾਂ ਲੀਫ ਬਣਾ ਕੇ ਉਸ ਤੋਂ ਬਾਅਦ ਅਸੀਂ ਇੱਦਾਂ ਲੈਸ ਲਾ ਕੇ ਪ੍ਰੋਵਾਈਡ ਕੀਤਾ। ਅਤੇ ਇਹ ਅਸੀਂ ਬਹੁਤ ਹੀ ਰੀਜ਼ਨੇਬਲ ਪ੍ਰਾਈਸ 'ਤੇ ਸੂਟ ਪ੍ਰੋਵਾਈਡ ਕਰ ਰਹੇ ਹਾਂ, ਮਤਲਬ ਇਸ ਤੋਂ ਪਹਿਲੇ ਵਾਲਾ ਵੀ ਔਰ ਇਹ ਵੀ। ਅਗਰ ਤੁਸੀਂ ਇਹਦੇ ਪ੍ਰਾਈਸ ਕਨਫਰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਦਾ ਸਕਰੀਨਸ਼ੋਟ ਲੈ ਕੇ ਸਾਨੂੰ ਵਟਸਐਪ 'ਤੇ ਤੁਸੀਂ ਮੈਸੇਜ ਕਰ ਸਕਦੇ ਹੋ। ਵਟਸਐਪ ਨੰਬਰ ਮੈਂ ਸਕਰੀਨ 'ਤੇ ਸ਼ੇਅਰ ਕਰ ਹੀ ਰਹੀ ਹਾਂ ਜੋ ਕਿ ਮੈਂ ਹਰ ਵਾਰ ਤੁਹਾਨੂੰ ਦੱਸਦੀ ਹਾਂ। ਅਤੇ ਇਹ ਤੁਸੀਂ ਕਿਸੇ ਵੀ ਫੈਬਰਿਕ ਔਰ ਕਿਸੇ ਵੀ ਕਲਰ 'ਤੇ ਤਿਆਰ ਕਰਵਾ ਸਕਦੇ ਹੋ। ਬਾਕੀ ਹੁਣ ਅਸੀਂ ਲੈ ਕੇ ਆ ਰਹੇ ਹਾਂ ਆਪਣਾ ਅਗਲਾ ਸੂਟ। ਆਪਣਾ ਅਗਲਾ ਸੂਟ, ਪਰ ਉਸ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹਾਂਗੀ ਕਿ ਜਿਹੜਾ ਸਭ ਤੋਂ ਪਹਿਲਾਂ ਸੂਟ ਸੀ ਉਹ ਮੈਂ ਕਰੇਪ 'ਤੇ ਲੈ ਕੇ ਆਈ ਸੀ, ਪੀਟਾ ਵਰਕ ਸੀ। ਸੈਕਿੰਡ ਸੂਟ ਮੈਂ ਜੋਰਜਟ ਦੀ ਹੈਂਡ ਪੇਂਟ ਸੂਟ ਲੈ ਕੇ ਆਈ ਸੀ, ਥਰਡ ਵਨ ਮੈਂ ਵੈਲਵਟ 'ਤੇ ਲੈ ਕੇ ਆਈ ਹਾਂ ਅਤੇ ਜੋ ਕਿ ਹੈਂਡ ਵਰਕ ਆ। ਮੈਂ ਚਾਹੁੰਦੀ ਸੀ ਕਿ ਮਤਲਬ ਕੁਛ ਮਿਕਸ ਜਿਹਾ ਹਰ ਚੀਜ਼ ਮੈਂ ਤੁਹਾਡੇ ਸਾਹਮਣੇ ਲੈ ਕੇ ਆਵਾਂ ਅਤੇ ਲਾਈਕ ਇਸ ਕਰਕੇ ਮੈਂ ਅਲੱਗ ਅਲੱਗ ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਆਈ ਹਾਂ, ਅਲੱਗ ਅਲੱਗ ਫੈਬਰਿਕ 'ਤੇ ਲੈ ਕੇ ਆਈ ਹਾਂ। ਅਤੇ ਇਹ ਸੂਟ ਜਿਹੜਾ ਹੈ ਕਿ ਮੈਂ ਡੰਮੀ 'ਤੇ ਨਹੀਂ ਲਾਇਆ ਕਿਉਂਕਿ ਇਹ ਅਨਸਟਿਚ ਆ ਔਰ ਡੰਮੀ 'ਤੇ ਪ੍ਰੋਪਰ ਮੈਂ ਤੁਹਾਨੂੰ ਦਿਖਾ ਨਹੀਂ ਸਕਦੀ ਸੀ ਔਰ ਤੁਸੀਂ ਦੇਖ ਸਕਦੇ ਹੋ, ਜੋ ਮੈਂ ਥੋੜ੍ਹਾ ਕਲੋਜ਼ ਤੋਂ ਦਿਖਾ ਦਿਉ। ਇਹ ਅਸੀਂ ਨੈੱਕ ਬਣਾਇਆ, ਅਸੀਂ ਨੈੱਕ 'ਤੇ ਵਰਕ ਕੀਤਾ ਅਤੇ ਬਹੁਤ ਪਿਆਰਾ ਸੂਟ ਤਿਆਰ ਹੋਇਆ ਵੈਲਵਟ 'ਤੇ ਆ ਔਰ ਇਹਦੀਆਂ ਬਾਹਾਂ 'ਤੇ ਅਸੀਂ ਕੰਮ ਕੀਤਾ। ਲਾਈਕ ਇਹ ਵਾਲਾ ਫਲਾਰ ਹੈ ਜਿਹੜਾ ਇਹ ਬਾਂਹ 'ਤੇ ਆਊਗਾ, ਇਹ ਮੋਰੀ 'ਤੇ ਆਊਗਾ ਜਿਹੜਾ ਇਹ ਬਾਰਡਰ ਬਣਾਇਆ। ਅਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ 'ਤੇ ਮੈਂ ਸੂਟ ਇਹ ਸਾਰੇ ਵਾਲੇ ਪ੍ਰੋਵਾਈਡ ਕਰ ਰਹੀ ਹਾਂ ਔਰ ਇਹਦਾ ਜਿਹੜਾ ਦੁਪੱਟਾ ਉਹ ਤੁਹਾਡੇ ਸਾਹਮਣੇ ਹੀ ਹੈ, ਵਿਸਕੋਜ਼ ਔਰਗੈਂਜ਼ਾ ਦਾ ਮੈਂ ਲਗਾਇਆ ਔਰ ਇਹਦੇ ਨਾਲ ਇਹ ਲੈਸ ਅਸੀਂ ਲਗਾ ਕੇ ਦਿੱਤੀ ਆ ਔਰ ਬਹੁਤ ਪਿਆਰਾ ਕਲਰ ਹੈ। ਔਰ ਇਹਦੇ ਨਾਲ ਜਿਹੜੀ ਮੈਂ ਬੋਟਮ ਹੈ ਉਹ ਮੈਂ ਕਰੇਪ 'ਤੇ ਲੈ ਕੇ ਆਈ ਹਾਂ, ਲਾਈਕ ਆਪਾਂ ਜੋਰਜਟ 'ਤੇ ਵੀ ਬਣਾ ਸਕਦੇ ਹਾਂ, ਕਰੇਪ 'ਤੇ ਵੀ ਬਣਾ ਸਕਦੇ ਹਾਂ ਅਤੇ ਬਾਕੀ ਤੁਸੀਂ ਕਿਸੇ ਵੀ ਕਲਰ ਤੋਂ ਕਿਸੇ ਵੀ ਫੈਬਰਿਕ 'ਤੇ ਰੈਡੀ ਕਰਵਾ ਸਕਦੇ ਹੋ। ਹੁਣ ਜਿਹੜਾ ਮੈਂ ਅਗਲਾ ਸੂਟ ਲੈ ਕੇ ਆਈ ਹਾਂ ਇਹ ਮੈਂ ਮਸ਼ੀਨ ਵਰਕ ਲੈ ਕੇ ਆਈ ਹਾਂ, ਇਹ ਲੈ ਕੇ ਮੈਂ ਜੋਰਜਟ 'ਤੇ ਆਈ ਹਾਂ ਅਤੇ ਇਹ ਵੀ ਮੈਂ ਬਲੈਕ ਕਲਰ 'ਤੇ ਲੈ ਕੇ ਆਈ ਹਾਂ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਕਿ ਬਲੈਕ ਕਲਰ 'ਤੇ ਕੁਛ ਨਵਾਂ ਕੁਛ ਲੈ ਕੇ ਆਓ, ਬਲੈਕ ਕਲਰ 'ਤੇ ਲੈ ਕੇ ਆਓ। ਵੈਸੇ ਮੈਨੇ ਨਾਲ ਦਾ ਸੈਂਪਲ ਪਹਿਲਾਂ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਜਿਹਦੇ 'ਤੇ ਕਿ ਇਹ ਵੇਲ ਸੀਗੀ ਮੈਂ ਦੁਪੱਟੇ ਦੇ ਚਾਰੇ ਪਾਸੇ ਬਣਾਈ ਸੀਗੀ ਉਹ ਔਰਗੈਂਜ਼ਾ 'ਤੇ ਸੀਗਾ, ਬਟ ਇਹ ਜਿਹੜਾ ਅਸੀਂ ਬਣਾਇਆ ਇਹ ਅਸੀਂ ਜੋਰਜਟ 'ਤੇ ਬਣਾਇਆ ਔਰ ਇਹਦੇ ਨਾਲ ਅਸੀਂ ਤੁਸੀਂ ਦੁਪੱਟਾ ਦੇਖ ਹੀ ਸਕਦੇ ਹੋ ਡਾਈ ਐਂਡ ਡਾਈ ਵਾਲਾ ਔਰ ਪ੍ਰੋਪਰ ਅਸੀਂ ਇੱਦਾਂ ਲੈਸ ਲਗਾ ਕੇ ਦਿੱਤੀ ਆ ਔਰ ਘੇਰਾ ਸਾਰਾ ਤੁਸੀਂ ਦੇਖ ਸਕਦੇ ਹੋ। ਅਤੇ ਇਹ ਖਾਸ ਮੈਂ ਕਸਟਮਰਸ ਦੀ ਡਿਮਾਂਡ 'ਤੇ ਲੈ ਕੇ ਆਈ ਹਾਂ ਕਿਉਂਕਿ ਉਹ ਬਲੈਕ ਕਲਰ ਤੋਂ ਬਹੁਤ ਜ਼ਿਆਦਾ ਡਿਮਾਂਡ ਕਰ ਰਹੀ ਸੀ
ਤੇ ਹੁਣ ਪਹਿਲਾਂ ਤਾਂ ਮੈਂ ਲੈ ਕੇ ਆਈ ਸੀਗੀ ਤੁਹਾਡੇ ਕੋਲ ਪੀਟਾ ਵਰਕ, ਸੈਕਿੰਡ ਲੈ ਕੇ ਆਈ ਸੀ ਪਲੇਨ ਸੂਟ, ਔਰ ਥਰਡ ਮੈਂ ਲੈ ਕੇ ਆਈ ਸੀ ਹੈਂਡ ਵਰਕ, ਔਰ ਫੋਰਥ ਲੈ ਕੇ ਆਈ ਹਾਂ ਮੈਂ ਮਸ਼ੀਨ ਵਰਕ। ਤੇ ਇਸ ਵਲੌਗ ਦੇ ਵਿੱਚ ਮੈਂ ਥੋੜ੍ਹਾ ਜਿਹਾ ਮਿਕਸਅਪ ਜਿਹਾ ਹੋ ਕੇ ਚੱਲ ਰਹੀ ਹਾਂ ਕਿ ਹਾਂ ਮੈਂ ਹਰ ਤਰ੍ਹਾਂ ਦੀ ਚੀਜ਼ ਤੁਹਾਨੂੰ ਦਿਖਾ ਸਕਾਂ ਕਿ ਹਾਂ ਵੀ ਮੈਂ ਕਿਸ ਤਰੀਕੇ ਨਾਲ ਹਰ ਚੀਜ਼ ਰੈਡੀ ਕਰ ਰਹੀ ਹਾਂ, ਔਰ ਹਰ ਤਰ੍ਹਾਂ ਦੀ ਚੀਜ਼ ਅਸੀਂ ਰੈਡੀ ਕਰ ਲੈਂਦੇ ਹਾਂ। ਬਾਕੀ ਇਸ ਤੁਹਾਨੂੰ ਜੂਮ ਕਰਕੇ ਦਿਖਾਵਾਂਗੇ ਤਾਂ ਜੋ ਤੁਹਾਨੂੰ ਜਿਹੜੀ ਇਹ ਸਾਡੇ ਕੰਮ ਦੀ ਹੈ ਜਿਹੜੀ ਸਫਾਈ ਜੋ ਅਸੀਂ ਪ੍ਰੋਪਰ ਫਿਨਿਸ਼ਿੰਗ ਨਾਲ ਕੀਤਾ ਤੁਹਾਨੂੰ ਦੇਖ ਸਕੇ। ਬਾਕੀ ਜ਼ਿਆਦਾ ਸਮਾਂ ਨਾ ਲੰਘੇ ਹੋਏ ਹੁਣ ਮੈਂ ਲੈ ਕੇ ਰਹੀ ਹਾਂ ਆਪਣਾ ਅਗਲਾ ਸੂਟ। ਹੁਣ ਮੈਂ ਜਿਹੜਾ ਸੂਟ ਲੈ ਕੇ ਆਈ ਹਾਂ ਉਹ ਮੈਂ ਬਨਾਰਸੀ ਫੈਬਰਿਕ 'ਤੇ ਲੈ ਕੇ ਆਈ ਹਾਂ, ਅਤੇ ਉਹ ਤੁਸੀਂ ਦੇਖ ਹੀ ਸਕਦੇ ਹੋ ਇਹ ਡਾਈਏਬਲ ਫੈਬਰਿਕ ਹੈ, ਔਰ ਇਹ ਕੋਈ ਵੀ ਕਲਰ ਤੁਸੀਂ ਕਰਵਾ ਸਕਦੇ ਹੋ, ਅਤੇ ਇਹ ਬਹੁਤ ਵਧੀਆ ਮਤਲਬ ਕਿ ਤਿਆਰ ਹੋਇਆ। ਐਕਚੁਅਲ 'ਚ ਮੈਂ ਤੁਹਾਨੂੰ ਇਹ ਨਵਾਂ ਇੱਕ ਫੈਬਰਿਕ ਅਸੀਂ ਲੈ ਕੇ ਆਏ ਸੀਗੇ, ਔਰ ਇਹਦਾ ਰਿਜ਼ਲਟ ਬਹੁਤ ਵਧੀਆ ਸੀਗਾ ਔਰ ਇਹ ਬਹੁਤ ਪਿਆਰਾ ਲੱਗਦਾ ਸੀਗਾ। ਅਤੇ ਮੈਨੂੰ ਐਂ ਸੀਗਾ ਕਿ ਮੈਂ ਹਰ ਤਰ੍ਹਾਂ ਦੀ ਵਰਾਇਟੀ ਤੁਹਾਡੇ ਸਾਹਮਣੇ ਲੈ ਕੇ ਆ ਰਹੀ ਹਾਂ, ਕਿਉਂ ਨਾ ਮੈਂ ਇਸ ਤਰ੍ਹਾਂ ਦਾ ਸੂਟ ਵੀ ਤੁਹਾਡੇ ਨਾਲ ਸ਼ੇਅਰ ਕਰਾਂ। ਅਤੇ ਇਸ ਕਰਕੇ ਮੈਂ ਇਹ ਸੂਟ ਸ਼ੇਅਰ ਕੀਤਾ। ਤੁਸੀਂ ਇਹਦੇ ਨਾਲ ਕਰੀਮ ਦਾ ਬੋਟਮ ਵੀ ਕਰਵਾ ਸਕਦੇ ਹੋ, ਜੋਰਜੇਟ ਦਾ ਬੋਟਮ ਵੀ ਕਰਾ ਸਕਦੇ ਹੋ, ਔਰ ਇਹਦੇ ਨਾਲ ਜੋ ਦੁਪੱਟਾ ਉਹ ਮੈਂ ਵਿਸਕੋਸ ਦਾ ਲਗਾਇਆ। ਅਤੇ ਬਾਕੀ ਹੁਣ ਮੈਂ ਲੈ ਕੇ ਆ ਰਹੀ ਹਾਂ ਆਪਣਾ ਅਗਲਾ ਸੂਟ। ਹੁਣ ਜਿਹੜਾ ਮੈਂ ਅਗਲਾ ਸੂਟ ਲੈ ਕੇ ਆਈ ਹਾਂ ਇਹ ਮੈਂ ਜੋਰਜੇਟ ਫੈਬਰਿਕ 'ਤੇ ਲੈ ਕੇ ਆਈ ਹਾਂ, ਲੈ ਕੇ ਮੈਂ ਹੈਂਡਮੇਡ ਹੀ ਸੂਟ ਆਈ ਹਾਂ ਕਿਉਂਕਿ ਸੂਟ ਬਹੁਤ ਸੋਹਣਾ ਤਿਆਰ ਹੋਇਆ, ਅਤੇ ਮੈਨੂੰ ਐਂ ਸੀਗਾ ਕਿਉਂ ਨਾ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਾਂ। ਔਰ ਇਹਦਾ ਦੁਪੱਟਾ ਬਹੁਤ ਸੋਹਣਾ ਤਿਆਰ ਕੀਤਾ ਸੀ, ਇੱਦਾਂ ਲੈਸ ਵਗੈਰਾ ਲਗਾ ਕੇ ਨੈੱਟ ਦੀ ਲੈਸ ਲਗਾਈ ਹੈ, ਔਰ ਇਹ 'ਚ ਅਸੀਂ ਤਿੰਨ ਕਲਰ ਪਾ ਕੇ, ਔਰ ਤੁਸੀਂ ਬਾਕੀ ਦੇਖ ਹੀ ਸਕਦੇ ਹੋ ਅਸੀਂ ਬੇਲ ਬਣਾਈ ਹੈ ਇਹਦੇ ਵਿੱਚ। ਅਤੇ ਜੋ ਇਹਦਾ ਸ਼ਰਟ ਹੈ ਇਹ ਲੈਮਨ ਕਲਰ ਦਾ ਸੂਟ ਹੈ, ਔਰ ਇਹਦੇ 'ਤੇ ਅਸੀਂ ਇੱਦਾਂ ਕਰਕੇ ਵੇਲਸ ਬਣਾਈਆਂ ਦੋਨੋਂ ਸਾਈਡ, ਔਰ ਬਾਹਾਂ 'ਤੇ ਇੱਦਾਂ ਕਰਕੇ ਇੱਕ ਫਲਾਰ ਪਾਇਆ। ਅਤੇ ਬਾਕੀ ਇਹ ਮੈਨੂੰ ਸੂਟ ਪਿਆਰਾ ਲੱਗਿਆ ਸੀ, ਇਸ ਕਰਕੇ ਮੈਂ ਇਹ ਵਿੱਚ ਕਾਰਜੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਦੁਬਾਰਾ ਤੋਂ। ਇਸ ਸੂਟ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਗਾਈਡ ਕਰਨਾ ਚਾਹਾਂਗੀ। ਜਿੱਦਾਂ ਕਿ ਆਪਾਂ ਦੇਖਿਆ ਸੀ ਵੇਲ ਇੱਦਾਂ ਕਰਕੇ ਸਾਈਡਸ 'ਤੇ ਆਉਂਦੀਆਂ, ਤਾਂ ਇਹਨੂੰ ਆਪਾਂ ਥੋੜ੍ਹਾ ਜਿਹਾ ਹੋਰ ਵੀ ਵਧੀਆ ਬਣਾ ਸਕਦੇ ਹਾਂ, ਲਾਈਕ ਇਹਦੇ ਵਿੱਚ ਆਪਾਂ ਪਿੰਟੈਕਸ ਬਣਾ ਸਕਦੇ ਹਾਂ, ਲਾਈਕ ਇਹਦੇ ਵਿੱਚ ਆਪਾਂ ਲੈਸ ਲਗਾ ਕੇ ਇਹਨੂੰ ਹੋਰ ਵੀ ਸੋਹਣੇ ਤਰੀਕੇ ਨਾਲ ਬਣਾ ਸਕਦੇ ਹਾਂ, ਲਾਈਕ ਜਿਹੜੇ ਇਹਦੇ ਵਿੱਚ ਫਲਾਰ ਪਾਏ ਗਏ ਆ ਜਾਂ ਦੁਪੱਟੇ ਦੇ ਵਿੱਚ ਜਿਹੜੇ ਕਲਰ ਆਪਾਂ ਪਾਏ ਆ ਉਸ ਕਲਰ ਦੀ ਆਪਾਂ ਲੈਸ ਲਾ ਕੇ ਇਸਨੂੰ ਹੋਰ ਵੀ ਵਧੀਆ ਤਰੀਕੇ ਨਾਲ ਆਪਾਂ ਤਿਆਰ ਕਰ ਸਕਦੇ ਹਾਂ। ਬਾਕੀ ਹੋਰ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਤੁਸੀਂ ਮੇਰੇ ਨਾਲ ਮੈਨੂੰ ਵਟਸਐਪ 'ਤੇ ਮੈਸੇਜ ਕਰ ਸਕਦੇ ਹੋ, ਅਤੇ ਵਟਸਐਪ ਨੰਬਰ ਮੈਂ ਆਪਣਾ ਸਕਰੀਨ 'ਤੇ ਸ਼ੇਅਰ ਕਰ ਚੁੱਕੀ ਹਾਂ, ਅਤੇ ਉੱਥੇ ਮੈਂ ਤੁਹਾਨੂੰ ਪੂਰੀ ਗਾਈਡ ਕਰ ਦੂੰਗੀ। ਅਤੇ ਹੁਣ ਮੈਂ ਲੈ ਕੇ ਰਹੀ ਹਾਂ ਆਪਣਾ ਅਗਲਾ ਅਤੇ ਲਾਸਟ ਸੂਟ। ਵੈਸੇ ਤਾਂ ਹੋਰ ਵੀ ਬਹੁਤ ਮਤਲਬ ਕਲੈਕਸ਼ਨ ਹੈ, ਬਟ ਮੈਨੂੰ ਇਹ ਹੁੰਦਾ ਹੈ ਕਿ ਤੁਸੀਂ ਬਹੁਤ ਜ਼ਿਆਦਾ ਬਿਜ਼ੀ ਹੁੰਦੇ ਹੋ, ਤਾਂ ਤੁਹਾਨੂੰ ਆਪਣੇ ਬਿਜ਼ੀ ਸਮੇਂ ਦੇ ਵਿੱਚੋਂ ਮੇਰੇ ਲਈ ਸਮਾਂ ਕੱਢਣਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਹੈ, ਇਸ ਕਰਕੇ ਮੈਂ ਛੋਟੇ ਛੋਟੇ ਹੀ ਵਲੌਗ ਬਣਾਉਣੀ ਹਾਂ, ਲਾਈਕ 8-9-10 ਮਿੰਟ ਤੱਕ ਹੀ। ਮੈਨੂੰ ਇੱਦਾਂ ਹੁੰਦਾ ਕਿ ਤੁਸੀਂ ਮੇਰੇ ਲਈ ਓਨਾ ਹੀ ਸਮਾਂ ਕੱਢ ਲਓ ਤਾਂ ਮੇਰੇ ਲਈ ਬਹੁਤ ਵੱਡੀ ਗੱਲ ਆ, ਅਤੇ ਇਸੇ ਕਰਕੇ ਹੀ ਮੈਂ ਲਾਸਟ ਸੂਟ ਲੈ ਕੇ ਆ ਰਹੀ ਹਾਂ। ਔਰ ਅਗਰ ਜੇ ਤੁਸੀਂ ਹੋਰ ਵੀ ਕਲੈਕਸ਼ਨ ਦੇਖਣਾ ਚਾਹੁੰਦੇ ਹੁੰਦੇ ਹੋ ਤਾਂ ਤੁਸੀਂ ਮੈਨੂੰ ਵਟਸਐਪ 'ਤੇ ਮੈਸੇਜ ਕਰ ਸਕਦੇ ਹੋ, ਅਤੇ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਹੁਣ ਮੈਂ ਲੈ ਕੇ ਆ ਰਹੀ ਹਾਂ ਆਪਣਾ ਲਾਸਟ ਸੂਟ। ਬਾਕੀ ਹੁਣ ਜੋ ਮੈਂ ਲਾਸਟ ਸੂਟ ਲੈ ਕੇ ਆਈ ਹਾਂ ਇਹ ਮੈਂ ਜੋਰਜੇਟ ਫੈਬਰਿਕ 'ਤੇ ਲੈ ਕੇ ਆਈ ਹਾਂ, ਅਤੇ ਇਹ ਮੈਂ ਫੁੱਲ ਹੈਵੀ ਸੂਟ ਲੈ ਕੇ ਆਈ ਹਾਂ, ਇਹਦੇ ਉੱਪਰ ਪੂਰੀ ਤਰ੍ਹਾਂ ਅਸੀਂ ਆਰੀ ਵਰਕ ਕੀਤਾ, ਔਰ ਕਲਰ ਇਹ ਵੀ ਮੈਂ ਬਹੁਤ ਪਿਆਰਾ ਲੈ ਕੇ ਆਈ ਹਾਂ। ਕਲਰ ਮੈਂ ਇਸ ਵਲੌਗ ਦੇ ਵਿੱਚ ਸਾਰੇ ਸੂਟਸ 'ਤੇ ਆਪਣੇ ਵੱਲੋਂ ਵਧੀਆ ਤੋਂ ਵਧੀਆ ਲੈ ਕੇ ਆਈ ਹਾਂ, ਕਿ ਲਾਈਕ ਜਿੱਦਾਂ ਪਹਿਲਾਂ ਮੈਂ ਲਾਈਟ ਕਲਰ ਸ਼ੇਅਰ ਕਰ ਚੁੱਕੀ ਸੀ, ਹੁਣ ਮੈਂ ਥੋੜ੍ਹੇ ਜਿਹੇ ਡਾਰਕ ਕਲਰ ਲੈ ਕੇ ਆਈ ਹਾਂ, ਔਰ ਕਲਰ ਕੋਂਬੀਨੇਸ਼ਨ ਜੋ ਉੱਪਰ ਥਰੈਡ ਯੂਜ਼ ਕੀਤਾ ਗਿਆ ਜਿਸ ਤਰੀਕੇ ਨਾਲ ਅਸੀਂ ਕੰਮ ਕੀਤਾ ਮੈਂ ਸਾਰਾ ਤੁਹਾਡੇ ਨਾਲ ਸ਼ੇਅਰ ਕਰ ਹੀ ਰਹੀ ਹਾਂ। ਬਾਕੀ ਹਰ ਬੰਦੇ ਦੀ ਆਪਣੀ ਆਪਣੀ ਚੋਇਸ ਹੁੰਦੀ ਹੁੰਦੀ ਹੈ, ਹੈ ਨਾ, ਅਸੀਂ ਆਪਣੇ ਵੱਲੋਂ ਪ੍ਰੋਪਰ ਆਪਣਾ 100% ਦੇ ਦਿੰਦੇ ਹਾਂ, 100% ਤੋਂ ਵੀ ਜ਼ਿਆਦਾ ਦੇਣ ਦੀ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਹਾਂ ਵੀ ਤੁਹਾਨੂੰ ਚੀਜ਼ ਪਸੰਦ ਆਵੇ। ਔਰ ਇਹਦੇ ਘੇਰੇ 'ਤੇ ਵੀ ਤੁਸੀਂ ਦੇਖ ਸਕਦੇ ਹੋ ਅਸੀਂ ਕੱਟਵਰਕ ਕੀਤਾ ਹੋਇਆ, ਔਰ ਇਹਦੇ ਸਾਈਡਾਂ 'ਤੇ ਵੀ ਅਸੀਂ ਇੱਦਾਂ ਕੰਮ ਕਰਕੇ ਦਿੱਤਾ, ਔਰ ਇੱਕ ਨਵੇਂ ਪੈਟਰਨ ਨਾਲ ਮੈਂ ਲੈ ਕੇ ਆਈ ਹਾਂ ਇਹ ਸੂਟ, ਔਰ ਇਹਦੀਆਂ ਬਾਹਾਂ 'ਤੇ ਵੀ ਕੰਮ ਕੀਤਾ ਗਿਆ, ਔਰ ਇਹਦਾ ਜੋ ਦੁਪੱਟਾ ਹੈ ਇਹ ਵੀ ਜੋਰਜੇਟ ਫੈਬਰਿਕ 'ਤੇ ਆ, ਔਰ ਇਹਦੇ ਪੱਲੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਸੋਹਣੇ ਤਰੀਕੇ ਨਾਲ ਅਸੀਂ ਰੈਡੀ ਕੀਤੇ ਆ ਕੱਟਵਰਕ ਕਰਕੇ, ਔਰ ਇੱਦਾਂ ਨਿੱਕੀ ਨਿੱਕੀ ਬੂਟੀ ਪਾ ਕੇ ਵੇਲ ਬਣਾਈ ਆ, ਔਰ ਇੱਦਾਂ ਅਸੀਂ ਬੂਟੇ ਬਣਾਏ ਆ, ਅਤੇ ਦੁਪੱਟਾ ਅਸੀਂ ਪੂਰਾ 2.5 ਮੀਟਰ ਪ੍ਰੋਵਾਈਡ ਕਰ ਸਕਦੇ ਹੁੰਦੇ ਹਾਂ, ਬਾਕੀ ਔਨ ਡਿਮਾਂਡ ਅਸੀਂ 2.25 ਮੀਟਰ ਵੀ ਕਰ ਸਕਦੇ ਹਾਂ, ਲਾਈਕ ਕੁਛ ਲੋਕ ਜਿਹੜੇ ਹੁੰਦੇ ਆ 2.25 ਮੀਟਰ ਹੀ ਦੁਪੱਟਾ ਕੈਰੀ ਕਰਦੇ ਨੇ। ਅਤੇ ਬਾਕੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ, ਅਤੇ ਮੈਂ ਪਿਛਲੇ ਵਲੌਗ 'ਚ ਵੀ ਦੱਸਿਆ ਸੀ ਅਤੇ ਇਸ ਵਲੌਗ 'ਚ ਵੀ ਦੱਸਾਂਗੀ ਕਿ ਮੇਰੀ ਐਗਜ਼ੀਬਿਸ਼ਨ ਜੋ ਹੈ ਨਜ਼ਦੀਕ ਆ ਰਹੀ ਹੈ, ਔਰ ਮੇਰੀ ਤਿਆਰੀ ਬਹੁਤ ਵਧੀਆ ਚੱਲ ਰਹੀ ਹੈ, ਬਾਕੀ ਪਰਮਾਤਮਾ ਨੂੰ ਪਤਾ ਹੈ ਨਾ। ਅਤੇ ਬਾਕੀ
ਉੱਥੇ ਨਵੀਂ ਨਵੀਂ ਕਲੈਕਸ਼ਨ ਲੈ ਕੇ ਆ ਰਹੀ ਹਾਂ ਅਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜ਼ਰੂਰ ਪਹੁੰਚੋਗੇ ਅਤੇ ਤੁਸੀਂ ਸਾਰੇ ਜਣੇ ਪਲੀਜ਼ 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 ਜ਼ਰੂਰ ਪਹੁੰਚਿਓ ਅਤੇ ਬਾਕੀ ਤੁਹਾਨੂੰ ਜਿੱਦਾਂ ਵੀ ਮੇਰਾ ਵਲੌਗ ਲੱਗੇ ਤਾਂ ਤੁਸੀਂ ਕਮੈਂਟ ਕਰਕੇ ਪਲੀਜ਼ ਮੈਨੂੰ ਜ਼ਰੂਰ ਦੱਸਿਆ ਕਰੋ ਔਰ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਔਰ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਆ ਕਰੋ ਅਤੇ ਬਾਕੀ ਮੇਰੇ ਤੋਂ ਕੋਈ ਭੁੱਲ ਹੋਈ ਹੋਵੇ ਤਾਂ ਮੈਨੂੰ ਮਾਫ਼ ਕਰਨਾ ਅਤੇ ਹੁਣ ਮੈਂ ਤੁਹਾਨੂੰ ਮਿਲਦੀ ਹਾਂ ਆਪਣੇ ਅਗਲੇ ਵਲੌਗ